ਸਾਈਂ ਇਹ ਦੱਸੋ ਕਿੱਦਾਂ ਟਪਾਉਣਾ ਦਾ ਰਿਚਾਰਜ ਕਿੱਦਾਂ ਟਪਾਉਣਾ ਚਾਹੀਦਾ ਅੱਜ ਜਿਹੜਾ ਸਹੀ ਰਹਿੰਦਾ ਸਬੂਤਾ ਹੀ ਟੋੜ ਸਬੂਤਾ ਹੀ ਟਪਾਉਣਾ ਹਾਂ ਜੀ ਉਹਦੇ ਜੇ ਤੋੜ ਕੇ ਡਬੋਈ ਤੇ ਫੇਰ ਕੀ ਹੁੰਦਾ ਉਹ ਫਿਰ ਹੱਥ ਗਿੱਲੇ ਹੋ ਜਾਂਦੇ ਹੱਥ ਗਿੱਲੇ ਹੋ ਜਾਂਦੇ ਤੇ ਜੇ ਹੱਥਾਂ ਦੇ ਕੋ ਚਾੜ ਲਈਏ ਫੇਰ ਫੇਰ ਇਹ ਹੱਥਾਂ ਦੇ ਕੋ ਚੜਾ ਲਈਏ ਖੈਰ ਸਹੀ ਹੈ ਅੱਧਾ ਨਹੀਂ ਟਪਾਉਣਾ ਚਾਹੀਦਾ ਲਓ ਜੀ ਨਾਜ਼ਰੀਨ ਇਹ ਚਾਹ ਪੀਣ ਦਾ ਭਾਈ ਨੇ ਜਿਹੜਾ ਕੁੜੀਆ ਦੱਸਦਾ ਨਾ ਕੇਕ ਦੇ ਨਾਲ ਵੀ ਪੂਰਾ ਡਬੋਣਾ ਚਾਹੀਦਾ ਵਾ ਥੋੜ੍ਹਾ ਡਬੋ ਤੇ ਹੱਥ ਗੰਦੇ ਹੋ ਜਾਂਦੇ ਇਹਦਾ ਮਜ਼ਾ ਹੁੰਦਾ ਹੈ ਸਹੀ ਤਰੀਕੇ ਨਾਲ ਸਹੀ ਤੂੰ ਕੰਮ ਜਾਰੀ ਰੱਖ ਪਤਾ ਲੱਗੇ ਜ਼ਰਾ ਹੈ ਵੀ ਸਭ ਦੇ ਨੇ ਵੀ ਮੋਟਰ ਲੈ ਲਈ ਬੇਫਿਕਰ ਹੋ ਹੈ ਸਾਈਂ ਦਾ ਹਾਸਾ ਜਿਹੜਾ ਨਾ ਦੁਨੀਆ ਦਾ ਨਿਆਬ ਯਾਨੀ ਕਿ ਸ਼ੈਵਾਂ ਚੋਂ ਇੱਕ ਆ ਇੱਦਾਂ ਦੀ ਮੁਸਕਰਾਹਟ ਜਿਹੜੀ ਹੈ ਨਾ ਉਹ ਨਾਜ਼ਰੀ ਨੇ ਕਦੇ ਵੀ ਦੇਖੀ ਨਹੀਂ ਹੋਣੀ ਦੇਖੋ ਜੀ ਮੈਂ ਕਹਿੰਦਾ ਜਿੰਨਾ ਮਰਜ਼ੀ ਬੰਦਾ ਸੀਰੀਅਸ ਹੋਵੇ ਸਾਈਂ ਦੇ ਚਿਹਰੇ ਆ ਦੇਖਦਾ ਹਾਸਾ ਹੀ ਨਹੀਂ ਬੰਦ ਹੋਣਾ ਫੁੱਲ ਗੈਸ ਵਾਲੀ ਬੋਤਲ ਖੋਲਣ ਤੇ ਏਦਾਂ ਦਾ ਹੋ ਜਾਂਦਾ ਠੀਕ ਹੈ ਕਿਉਂ ਸਾਈਂ ਲਾਹਵੇਂ ਲਓ ਜੀ ਨਾਲ ਜੀ ਏਦਾਂ ਚਾਹ ਪੀਤੀ ਹੈ ਤੇ ਕੇਕ ਏਦਾਂ ਖਾਈਦਾ ਤੁਸੀਂ ਇਹ ਪਿਆ ਜੀ